ਇਹ ਤਸਵੀਰਾਂ ਬਦਰੀਨਾਥ ਹਾਈਵੇ ਦੀਆਂ ਤਾਜ਼ਾ ਤਸਵੀਰਾਂ ਨੇ ਜਿੱਥੇ 48 ਘੰਟਿਆਂ ਬਾਅਦ ਵੀ ਰਾਹ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਖੁੱਲਿਆ। ਦੱਸ ਦਈਏ ਕਿ ਲੈਂਡ ਸਲਾਈਡ ਹੋਣ ਤੋਂ ਬਾਅਦ ਬਦਰੀਨਾਥ ਨੈਸ਼ਨਲ ਹਾਈਵੇ ਬਲੌਕ ਹੋ ਗਿਆ ਸੀ ਅਤੇ ਇਹ ਰਾਹ ਤੇ ਵੱਡੇ ਵੱਡੇ ਪੱਥਰ ਡਿੱਗ ਗਏ, ਜਿਸ ਕਰਕੇ ਸਭ ਤੋਂ ਵੱਧ ਇੱਥੇ ਦਿੱਕਤ ਸੈਲਾਨੀਆਂ ਨੂੰ ਹੋਈ ਹੈ। ਬਦਰੀਨਾਥ ਦੀ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂ, ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਸਾਰੇ ਹੀ ਇੱਥੇ ਫਸ ਗਏ। ਤਸਵੀਰਾਂ ਦੇਖੋ ਕਿ ਇੱਕ ਪਾਸੇ ਕਿੰਨੀ ਜ਼ਿਆਦਾ ਭੀੜ ਲੱਗੀ ਹੋਈ ਹੈ। ਇਹ ਸੈਲਾਨੀਆਂ ਦਾ ਇਕੱਠ ਹੈ ਜੋ ਇਸ ਰਾਹ ਤੋਂ ਲੰਘਣਾ ਚਾਹੁੰਦੇ ਨੇ, ਪਰ ਹੁਣ ਇੱਥੇ ਹੌਲੀ ਹੌਲੀ ਕਰਕੇ ਰਾਹ ਖੋਲਿਆ ਜਾ ਰਿਹਾ ਹੈ। NDRF ਤੇ SDRF ਦੇ ਜਵਾਨ ਇੱਥੇ ਤੈਨਾਤ ਨੇ ਅਤੇ ਪੈਦਲ ਯਾਤਰੀਆਂ ਨੂੰ, ਸੈਲਾਨੀਆਂ ਨੂੰ ਇੱਥੋਂ ਲੰਘਾਇਆ ਜਾ ਰਿਹਾ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਰੱਸੀਆਂ ਬੰਨੀਆਂ ਹੋਈਆਂ ਨੇ ਕਿਨਾਰਿਆਂ ਤੇ ਨਾਲ ਹੀ ਇੱਥੇ ਜਵਾਨ ਤੈਨਾਤ ਨੇ NDRF ਤੇ SDRF ਤੇ ਬੜੇ ਹੀ ਧਿਆਨ ਦੇ ਨਾਲ, ਬੜੀ ਸੁਰੱਖਿਆ ਦੇ ਨਾਲ ਇਹਨਾਂ ਸੈਲਾਨੀਆਂ ਨੂੰ ਇੱਕ ਇੱਕ ਕਰਕੇ ਹੱਥ ਫੜ ਕੇ ਇੱਥੋਂ ਇੱਕ ਕੰਡੇ ਤੋਂ ਦੂਸਰੇ ਕੰਡੇ ਲਿਜਾ ਰਹੇ ਨੇ। ਦੂਸਰੇ ਪਾਸੇ ਤਸਵੀਰਾਂ ਨੇ ਜਿੱਥੇ 2-ਪਹੀਆ ਵਾਹਨਾਂ ਲਈ ਵੀ ਹੁਣੇ ਰਾਹ ਖੋਲ ਦਿੱਤਾ ਗਿਆ ਹੈ। ਵੱਡੀਆਂ ਗੱਡੀਆਂ ਤਾਂ ਹਾਲੇ ਇੱਥੋਂ ਨਹੀਂ ਲੰਘ ਸਕਦੀਆਂ, ਪਰ 2-ਪਹੀਆ ਵਾਹਨਾਂ ਲਈ ਵੀ ਰਾਹ ਹਜੇ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਉੱਬੜ ਖਾਬੜ ਰਸਤਿਆਂ ਦੇ ਵਿੱਚੋਂ ਵੀ ਇਹ ਬਾਈਕ ਲੰਘਾਏ ਜਾ ਰਹੇ ਨੇ, ਤਾਂ ਜੋ ਇੱਥੇ ਜੋ ਫਸੇ ਹੋਏ ਸੈਲਾਨੀ ਨੇ ਉਹ ਜਿੱਥੇ ਉਹਨਾਂ ਨੇ ਜਾਣਾ ਉੱਥੇ ਜਾ ਸਕਣ, ਜੋ ਘਰਾਂ ਨੂੰ ਪਰਤ ਰਹੇ ਨੇ ਉਹ ਵੀ ਜਾ ਸਕਣ, ਅਤੇ ਜੋ ਅੱਗੇ ਯਾਤਰਾ 'ਤੇ ਜਾਣਾ ਚਾਹ ਰਹੇ ਨੇ ਤਾਂ ਉਹ ਵੀ ਨਿਕਲ ਸਕਣ, ਤਾਂ ਜੋ ਇੱਥੋਂ ਸੈਲਾਨੀ ਕਈ ਦਿਨਾਂ ਤੋਂ ਫਸੇ ਹੋਏ ਨੇ ਉਹਨਾਂ ਨੂੰ ਵੀ ਥੋੜ੍ਹੀ ਰਾਹਤ ਮਿਲੇ। ਸੋ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਰਾਹਤ ਮਿਲੀ ਹੈ, ਕਿਉਂਕਿ ਬਦਰੀਨਾਥ ਹਾਈਵੇ ਤੋਂ ਹੁਣ 2-ਪਹੀਆ ਵਾਹਨਾਂ ਲਈ, ਯਾਨੀ 2-ਵੀਲਰਸ ਹੁਣ ਇੱਥੋਂ ਲੰਘ ਰਹੇ ਨੇ ਅਤੇ ਜਿਹੜੇ ਪੈਦਲ ਸੈਲਾਨੀ ਨੇ, ਯਾਤਰੀ ਨੇ, ਉਹ ਵੀ ਇੱਥੋਂ ਲੰਘ ਰਹੇ ਨੇ। ਦੂਸਰੇ ਪਾਸੇ ਜੋ ਹਾਲੇ ਵੀ ਯਾਤਰੀ ਇੱਥੇ ਫਸੇ ਹੋਏ ਨੇ, ਜਿਨ੍ਹਾਂ ਲਈ ਕੋਈ ਰਾਹ ਨਹੀਂ ਹੈ, ਕਈ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ, ਤਾਂ ਉਹਨਾਂ ਲਈ ਖਾਸ ਧਿਆਨ ਰੱਖਿਆ ਜਾ ਰਿਹਾ, ਉਹਨਾਂ ਨੂੰ ਪਾਣੀ ਅਤੇ ਜੂਸ ਪਿਲਾਇਆ ਜਾ ਰਿਹਾ ਹੈ, ਤਾਂ ਜੋ ਉਹਨਾਂ ਦੀ ਸਿਹਤ ਸਲਾਮਤ ਰਹੇ, ਕਿਉਂਕਿ ਇੱਥੇ ਸੈਲਾਨੀ ਕਾਫੀ ਸਮੇਂ ਤੋਂ ਫਸੇ ਹੋਏ ਨੇ। ਪਿਛਲੇ 48 ਘੰਟਿਆਂ ਤੋਂ ਇਹ ਰਾਹ ਬਿਲਕੁਲ ਬਲੌਕ ਹੋਇਆ ਸੀ, ਜਿਸ ਨੂੰ ਹੁਣ ਥੋੜ੍ਹਾ ਥੋੜ੍ਹਾ ਕਰਕੇ ਖੋਲ੍ਹਿਆ ਜਾ ਰਿਹਾ ਹੈ। ਅਜੇ ਵੀ ਪੱਥਰ ਜਿਹੜੇ ਨੇ ਹਟਾਏ ਨਹੀਂ ਗਏ, ਰਾਹ ਪੂਰੀ ਤਰ੍ਹਾਂ ਨਹੀਂ ਬਣਿਆ, ਪਰ ਪੈਦਲ ਯਾਤਰੀ ਅਤੇ ਸੈਲਾਨੀ ਇੱਥੋਂ ਲੰਘ ਰਹੇ ਨੇ ਅਤੇ 2-ਪਹੀਆ ਵਾਹਨ ਵੀ ਇੱਥੋਂ ਲੰਘਾਏ ਜਾ ਰਹੇ ਨੇ, ਪਰ ਇਹ ਵੀ NDRF ਅਤੇ SDRF ਦੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਅਤੇ ਬੜੀ ਹੀ ਸੁਰੱਖਿਆ ਦੇ ਨਾਲ ਇਸ ਰਾਹ ਨੂੰ ਪਾਰ ਕਰਵਾਇਆ ਜਾ ਰਿਹਾ ਹੈ। ਇਹ ਤਸਵੀਰਾਂ ਬਦਰੀਨਾਥ ਹਾਈਵੇ ਦੀਆਂ ਤਾਜ਼ਾ ਤਸਵੀਰਾਂ ਨੇ ਜਿੱਥੇ 48 ਘੰਟਿਆਂ ਬਾਅਦ ਵੀ ਰਾਹ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਖੁੱਲਿਆ। ਦੱਸ ਦਈਏ ਕਿ ਲੈਂਡ ਸਲਾਈਡ ਹੋਣ ਤੋਂ ਬਾਅਦ ਬਦਰੀਨਾਥ ਨੈਸ਼ਨਲ ਹਾਈਵੇ ਬਲੌਕ ਹੋ ਗਿਆ ਸੀ ਅਤੇ ਇਹ ਰਾਹ ਤੇ ਵੱਡੇ ਵੱਡੇ ਪੱਥਰ ਡਿੱਗ ਗਏ, ਜਿਸ ਕਰਕੇ ਸਭ ਤੋਂ ਵੱਧ ਇੱਥੇ ਦਿੱਕਤ ਸੈਲਾਨੀਆਂ ਨੂੰ ਹੋਈ ਹੈ। ਬਦਰੀਨਾਥ ਦੀ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂ, ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਸਾਰੇ ਹੀ ਇੱਥੇ ਫਸ ਗਏ। ਤਸਵੀਰਾਂ ਦੇਖੋ ਕਿ ਇੱਕ ਪਾਸੇ ਕਿੰਨੀ ਜ਼ਿਆਦਾ ਭੀੜ ਲੱਗੀ ਹੋਈ ਹੈ। ਇਹ ਸੈਲਾਨੀਆਂ ਦਾ ਇਕੱਠ ਹੈ ਜੋ ਇਸ ਰਾਹ ਤੋਂ ਲੰਘਣਾ ਚਾਹੁੰਦੇ ਨੇ, ਪਰ ਹੁਣ ਇੱਥੇ ਹੌਲੀ ਹੌਲੀ ਕਰਕੇ ਰਾਹ ਖੋਲ੍ਹਿਆ ਜਾ ਰਿਹਾ ਹੈ। NDRF ਅਤੇ SDRF ਦੇ ਜਵਾਨ ਇੱਥੇ ਤੈਨਾਤ ਨੇ ਅਤੇ ਪੈਦਲ ਯਾਤਰੀਆਂ ਨੂੰ, ਸੈਲਾਨੀਆਂ ਨੂੰ ਇੱਥੋਂ ਲੰਘਾਇਆ ਜਾ ਰਿਹਾ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਰੱਸੀਆਂ ਬੰਨੀਆਂ ਹੋਈਆਂ ਨੇ ਕਿਨਾਰਿਆਂ ਤੇ ਨਾਲ ਹੀ ਇੱਥੇ ਜਵਾਨ ਤੈਨਾਤ ਨੇ NDRF ਅਤੇ SDRF ਤੇ ਬੜੇ ਹੀ ਧਿਆਨ ਦੇ ਨਾਲ, ਬੜੀ ਸੁਰੱਖਿਆ ਦੇ ਨਾਲ ਇਹਨਾਂ ਸੈਲਾਨੀਆਂ ਨੂੰ ਇੱਕ ਇੱਕ ਕਰਕੇ ਹੱਥ ਫੜ ਕੇ ਇੱਥੋਂ ਇੱਕ ਕੰਡੇ ਤੋਂ ਦੂਸਰੇ ਕੰਡੇ ਲਿਜਾ ਰਹੇ ਨੇ। ਦੂਸਰੇ ਪਾਸੇ ਤਸਵੀਰਾਂ ਨੇ ਜਿੱਥੇ 2-ਪਹੀਆ ਵਾਹਨਾਂ ਲਈ ਵੀ ਹੁਣੇ ਰਾਹ ਖੋਲ੍ਹ ਦਿੱਤਾ ਗਿਆ ਹੈ। ਵੱਡੀਆਂ ਗੱਡੀਆਂ ਤਾਂ ਹਾਲੇ ਇੱਥੋਂ ਨਹੀਂ ਲੰਘ ਸਕਦੀਆਂ, ਪਰ 2-ਪਹੀਆ ਵਾਹਨਾਂ ਲਈ ਵੀ ਰਾਹ ਹਜੇ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਉੱਬੜ ਖਾਬੜ ਰਸਤਿਆਂ ਦੇ ਵਿੱਚੋਂ ਵੀ ਇਹ ਬਾਈਕ ਲੰਘਾਏ ਜਾ ਰਹੇ ਨੇ, ਤਾਂ ਜੋ ਇੱਥੇ ਜੋ ਫਸੇ ਹੋਏ ਸੈਲਾਨੀ ਨੇ ਉਹ ਜਿੱਥੇ ਉਹਨਾਂ ਨੇ ਜਾਣਾ ਉੱਥੇ ਜਾ ਸਕਣ, ਜੋ ਘਰਾਂ ਨੂੰ ਪਰਤ ਰਹੇ ਨੇ ਉਹ ਵੀ ਜਾ ਸਕਣ, ਅਤੇ ਜੋ ਅੱਗੇ ਯਾਤਰਾ 'ਤੇ ਜਾਣਾ ਚਾਹ ਰਹੇ ਨੇ ਤਾਂ ਉਹ ਵੀ ਨਿਕਲ ਸਕਣ।
ਤਾਂ ਜੋ ਇੱਥੋਂ ਸੈਲਾਨੀ ਕਈ ਦਿਨਾਂ ਤੋਂ ਫਸੇ ਹੋਏ ਨੇ ਉਹਨਾਂ ਨੂੰ ਵੀ ਥੋੜ੍ਹੀ ਰਾਹਤ ਮਿਲੇ। ਸੋ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਰਾਹਤ ਮਿਲੀ ਹੈ, ਕਿਉਂਕਿ ਬਦਰੀਨਾਥ ਹਾਈਵੇ ਤੋਂ ਹੁਣ ਦੋ ਪਹੀਆ ਵਾਹਨਾਂ ਲਈ ਯਾਨੀ ਟੂ ਵੀਲਰਸ ਹੁਣ ਇੱਥੋਂ ਲੰਘ ਰਹੇ ਨੇ ਅਤੇ ਜਿਹੜੇ ਪੈਦਲ ਸੈਲਾਨੀ ਨੇ ਯਾਤਰੀ ਨੇ ਉਹ ਵੀ ਇੱਥੋਂ ਲੰਘ ਰਹੇ ਨੇ। ਦੂਸਰੇ ਪਾਸੇ ਜੋ ਹਾਲੇ ਵੀ ਯਾਤਰੀ ਇੱਥੇ ਫਸੇ ਹੋਏ ਨੇ ਜਿਨ੍ਹਾਂ ਲਈ ਕੋਈ ਰਾਹ ਨਹੀਂ ਹੈ, ਕਈ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ, ਤਾਂ ਉਹਨਾਂ ਲਈ ਖਾਸ ਧਿਆਨ ਰੱਖਿਆ ਜਾ ਰਿਹਾ, ਉਹਨਾਂ ਨੂੰ ਪਾਣੀ ਅਤੇ ਜੂਸ ਪਿਲਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਦੀ ਸਿਹਤ ਸਲਾਮਤ ਰਹੇ, ਕਿਉਂਕਿ ਇੱਥੇ ਸੈਲਾਨੀ ਕਾਫੀ ਸਮੇਂ ਤੋਂ ਫਸੇ ਹੋਏ ਨੇ। ਪਿਛਲੇ 48 ਘੰਟਿਆਂ ਤੋਂ ਇਹ ਰਾਹ ਬਿਲਕੁਲ ਬਲੌਕ ਹੋਇਆ ਸੀ, ਜਿਸ ਨੂੰ ਹੁਣ ਥੋੜ੍ਹਾ ਥੋੜ੍ਹਾ ਕਰਕੇ ਖੋਲ੍ਹਿਆ ਜਾ ਰਿਹਾ ਹੈ। ਅਜੇ ਵੀ ਪੱਥਰ ਜਿਹੜੇ ਨੇ ਹਟਾਏ ਨਹੀਂ ਗਏ, ਰਾਹ ਪੂਰੀ ਤਰ੍ਹਾਂ ਨਹੀਂ ਬਣਿਆ, ਪਰ ਪੈਦਲ ਯਾਤਰੀ ਅਤੇ ਸੈਲਾਨੀ ਇੱਥੋਂ ਲੰਘ ਰਹੇ ਨੇ ਅਤੇ ਦੋ ਪਹੀਆ ਵਾਹਨ ਵੀ ਇੱਥੋਂ ਲੰਘਾਏ ਜਾ ਰਹੇ ਨੇ। ਪਰ ਇਹ ਵੀ NDRF ਅਤੇ SDRF ਦੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਅਤੇ ਬੜੀ ਹੀ ਸੁਰੱਖਿਆ ਦੇ ਨਾਲ ਇਸ ਰਾਹ ਨੂੰ ਪਾਰ ਕਰਵਾਇਆ ਜਾ ਰਿਹਾ ਹੈ।